ब्रेक तो बाद तुहाडा फिर तो स्वागत है ते हुण रुक करदे आं अगली खबर वाल। अमेरिकी राष्ट्रपति डोनाल्ड ट्रंप ने सीरियाई राष्ट्रपति बशर अल असद की हिमायत करन ते रूस नूं चेतावनी दे के कहा कि आम लोकां ते कथित रसायनिक हथियार दे हमले दे जवाब विच अमेरिकी मिजाइलां आउणगियां। ते ट्रंप ने ट्विटर ते लिखे अपने संदेश विच कहा कि रूस ने सीरिया ते दागियां सारियां मिजाइलां सुट्टण दा संकल्प लिया, रूस तैयार रहो क्योंकि ਉਹ ਆਉਣ ਵਾਲੀਆਂ ਹਨ ਅਤੇ ਸ਼ਾਨਦਾਰ ਨਵੀਆਂ ਅਤੇ ਸਮਾਰਟ। ਤੁਹਾਨੂੰ ਗੈਸ ਨਾਲ ਕਤਲ ਕਰਨ ਵਾਲੇ ਕਿਸੇ ਵੀ ਦਰਿੰਦੇ ਦਾ ਸਾਥ ਨਹੀਂ ਹੋਣਾ ਚਾਹੀਦਾ ਜੋ ਆਪਣੇ ਲੋਕਾਂ ਦਾ ਕਤਲ ਕਰਦਾ ਅਤੇ ਖੁਸ਼ ਹੁੰਦਾ। ਟਰੰਪ ਦਾ ਇਹ ਸੰਦੇਸ਼ ਸੀਰੀਆਈ ਸੂਬੇ ਦੂਮਾ ਵਿੱਚ ਕਥਿਤ ਘਾਤਕ ਗੈਸ ਹਮਲੇ ਦੇ ਜ਼ਿੰਮੇਵਾਰ ਲੋਕਾਂ ਦੀ ਪਛਾਣ ਦੇ ਲਈ ਇੱਕ ਚੈਨਲ ਗਠਿਤ ਕਰਨ ਦੇ ਮੁੱਦੇ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਅਮੈਰੀਕਾ ਵੱਲੋਂ ਤਿਆਰ ਪ੍ਰਸਤਾਵ 'ਤੇ ਰੂਸ ਦੇ ਵੀਟੋ ਕਰਨ ਤੋਂ ਇੱਕ ਦਿਨ ਬਾਅਦ ਆਇਆ ਸੀ ਅਤੇ ਰੂਸ ਨੇ ਕਿਹਾ ਕਿ ਉਸਦੇ ਫੌਜੀ ਮਾਹਰਾਂ ਨੂੰ ਰਸਾਇਣਿਕ ਹਮਲੇ ਦਾ ਕੋਈ ਸਬੂਤ ਨਹੀਂ ਮਿਲਿਆ ਅਤੇ ਕਿਹਾ ਕਿ ਸੀਰੀਆ ਨੂੰ ਬਦਨਾਮ ਕਰਨ ਲਈ ਵਿਦਰੋਹੀਆਂ ਨੇ ਇਹ ਸਾਜਿਸ਼ ਰਚੀ ਹੋਵੇਗੀ ਜਾਂ ਅਫਵਾਹ ਫੈਲਾਈ ਹੋਵੇਗੀ। ਇਸ ਤੋਂ ਪਹਿਲੇ ਟਵੀਟ ਵਿੱਚ ਟਰੰਪ ਨੇ ਕਿਹਾ ਕਿ ਵਾਈਟ ਹਾਊਸ ਵਿੱਚ ਕੀ ਹੋ ਰਿਹਾ ਇਸ 'ਤੇ ਬਹੁਤ ਸਾਰੀਆਂ ਫੇਕ ਖਬਰਾਂ ਨੇ। ਚੀਨ ਨਾਲ ਸਹੀ ਅਤੇ ਖੁੱਲ੍ਹੇ ਵਪਾਰ 'ਤੇ ਨੌਰਥ ਕੋਰੀਆ ਨਾਲ ਹੋਣ ਜਾ ਰਹੀ ਮੀਟਿੰਗ ਉੱਤੇ ਬੇਸ਼ੱਕ ਸੀਰੀਆ 'ਤੇ ਗੈਸ ਹਮਲੇ 'ਤੇ ਵਿਸ਼ਾਲ ਫੋਕਸ ਦੇ ਨਾਲ ਬੇਹੱਦ ਸ਼ਾਂਤ ਅਤੇ ਟਾਰਗੇਟਿਡ ਹੈ, ਪਰ ਟਰੰਪ ਦੇ ਟਵੀਟ ਤੋਂ ਕੁਝ ਦੇਰ ਪਹਿਲਾਂ ਰੂਸ ਨੇ ਸੀਰੀਆ ਦੇ ਮੁੱਦੇ 'ਤੇ ਸੰਯਮ ਵਰਤਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਦੇਸ਼ ਨੂੰ ਅਜਿਹੀ ਕਾਰਵਾਈ ਤੋਂ ਪਰਹੇਜ਼ ਕਰਨਾ ਚਾਹੀਦਾ ਜੋ ਜੰਗ ਨਾਲ ਪ੍ਰਭਾਵਿਤ ਦੇਸ਼ ਨੂੰ ਹੋਰ ਅਸਥਿਰ ਕਰ ਸਕਦੀ ਹੈ। ਅਤੇ ਅਲਜੀਰੀਆ ਵਿੱਚ ਫੌਜ ਦਾ ਹਵਾਈ ਜਹਾਜ਼ ਕ੍ਰੈਸ਼ ਹੋਣ ਤੋਂ ਬਾਅਦ ਤਕਰੀਬਨ 257 ਲੋਕਾਂ ਦੀ ਮੌਤ ਦੀ ਖਬਰ ਆਈ ਹੈ। ਸਥਾਨਕ ਮੀਡੀਆ ਦੀਆਂ ਖਬਰਾਂ ਮੁਤਾਬਕ ਦੇਸ਼ ਦੀ ਰਾਜਧਾਨੀ ਤੋਂ ਬਾਹਰ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਸੀ ਅਤੇ ਹਾਲੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਅਤੇ ਫੌਜ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਹੋ ਗਈ ਹੈ। ਹਾਦਸੇ ਵਾਲੀ ਥਾਂ 'ਤੇ ਤੁਰੰਤ ਹਵਾਈ ਬੇਸ ਤੋਂ ਰਾਹਤ ਕਾਰਜਾਂ ਲਈ ਮਦਦ ਭੇਜੀ ਗਈ ਹੈ ਅਤੇ ਅਲਜੀਰੀਆ ਦੇ ਸਿਵਲ ਐਵੀਏਸ਼ਨ ਪ੍ਰੋਟੋਕੋਸ਼ਨ ਏਜੰਸੀ ਦੇ ਮੁੱਖ ਬੁਲਾਰੇ ਮੁਹੰਮਦ ਅਕੋਰ ਮੁਤਾਬਕ ਹਾਲੇ ਤੱਕ 257 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਪਰ ਇਸ ਮੌਕੇ ਮੌਤਾਂ ਦੀ ਗਿਣਤੀ ਦਾ ਸਟੀਕ ਅੰਕੜਾ ਨਹੀਂ ਦੱਸਿਆ ਜਾ ਸਕਿਆ। ਬੁਲਾਰੇ ਨੇ ਕਿਹਾ ਕਿ ਉਡਾਨ ਭਰਨ ਤੋਂ ਕੁਝ ਹੀ ਸਮੇਂ ਬਾਅਦ ਜਹਾਜ਼ ਦੇ ਖੇਤੀਬਾੜੀ ਵਾਲੇ ਖੇਤਰ ਵਿੱਚ ਡਿੱਗਣ ਕਾਰਨ ਇਹ ਦੁਖਦਾਈ ਘਟਨਾ ਵਾਪਰੀ ਹੈ। ਉਹਨਾਂ ਦੱਸਿਆ ਕਿ ਸੋਵੀਅਤ ਡਿਵੀਜ਼ਨ ਵਾਲੇ 276 ਮਿਲਟਰੀ ਟਰਾਂਸਪੋਰਟ ਜਹਾਜ਼ ਵਿੱਚ ਫੌਜੀ ਸਵਾਰ ਸਨ। ਸਥਾਨਕ ਰਿਪੋਰਟਾਂ ਮੁਤਾਬਕ ਮਲਬੇ ਵਿੱਚੋਂ ਦਰਜਨਾਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਅਤੇ ਹਵਾਈ ਅੱਡੇ ਦੇ ਨੇੜਲੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਤਾਂ ਕਿ ਐਮਰਜੈਂਸੀ ਸੇਵਾ ਨੂੰ ਰਾਹਤ ਕਾਰਜਾਂ ਵਿੱਚ ਮਦਦ ਮਿਲ ਸਕੇ। ਅਤੇ ਹੁਣ ਅਮੈਰੀਕੀ ਰਾਜ ਓਰੇਗਨ ਨੇ ਅਪ੍ਰੈਲ ਨੂੰ ਸਿੱਖ ਭਾਈਚਾਰੇ ਦਾ ਵਿਸਾਖੀ ਉਤਸਵ ਮਹੀਨਾ ਐਲਾਨ ਦਿੱਤਾ। ਇਹ ਕਦਮ ਰਾਜ ਅਤੇ ਦੇਸ਼ ਦੇ ਵਿਕਾਸ ਵਿੱਚ ਭਾਈਚਾਰੇ ਦੇ ਯੋਗਦਾਨ ਨੂੰ ਦੇਖਦੇ ਹੋਏ ਚੁੱਕਿਆ ਗਿਆ ਅਤੇ ਸਿੱਖ ਭਾਈਚਾਰੇ ਦੇ ਲੋਕ ਹਰੇਕ ਸਾਲ 14 ਅਪ੍ਰੈਲ ਨੂੰ ਵਿਸਾਖੀ ਤਿਉਹਾਰ ਦਾ ਜਸ਼ਨ ਮਨਾਉਂਦੇ ਨੇ ਅਤੇ ਓਰੇਗਨ ਦੀ ਗਵਰਨਰ ਕੇਟ ਬਰਾਊਨ ਨੇ ਸੋਮਵਾਰ ਨੂੰ ਆਪਣੀ ਘੋਸ਼ਣਾ ਨਾਲ ਸੰਬੰਧਿਤ ਇੱਕ ਚਿੱਠੀ 'ਤੇ ਹਸਤਾਕਸ਼ਰ ਵੀ ਕੀਤੇ ਨੇ। ਇਸ ਘੋਸ਼ਣਾ ਪੱਤਰ ਵਿੱਚ ਲਿਖਿਆ ਗਿਆ ਸੀ ਕਿ ਅਮੈਰੀਕਾ ਵਿੱਚ ਸਿੱਖ ਭਾਈਚਾਰੇ ਦੇ ਲੋਕ ਖੇਤੀਬਾੜੀ, ਇੰਜੀਨੀਅਰਿੰਗ ਅਤੇ ਡਾਕਟਰੀ ਸਹੂਲਤਾਂ ਸਮੇਤ ਵੱਖ ਵੱਖ ਪੇਸ਼ਿਆਂ ਨਾਲ ਜੁੜੇ ਨੇ ਅਤੇ ਦੇਸ਼ ਅਤੇ ਰਾਜ ਦੇ ਆਰਥਿਕ ਹੀ ਨਹੀਂ ਬਲਕਿ ਸੱਭਿਆਚਾਰਕ ਵਿਭਿੰਨਤਾ ਨੂੰ ਵੀ ਇਹਨਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਜ਼ਿਕਰਯੋਗ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ ਸਿੱਖ ਭਾਈਚਾਰੇ ਅਤੇ ਉਹਨਾਂ ਦੇ ਫੋਲੋਅਰਸ ਦੇ ਬਾਰੇ ਜਾਗਰੂਕਤਾ ਫੈਲਾਉਣ ਲਈ 3 ਹੋਰਨਾਂ ਰਾਜਾਂ ਇੰਡੀਆਨਾ, ਡੈਲਵੇਅਰ ਅਤੇ ਨਿਊਜਰਸੀ ਨੇ ਅਪ੍ਰੈਲ ਨੂੰ ਸਿੱਖ ਧਰਮ ਦਾ ਮਹੀਨਾ ਐਲਾਨਿਆ ਅਤੇ ਓਰੇਗਨ ਨੇ ਸਾਲੇਮ ਸ਼ਹਿਰ ਨੂੰ 14 ਅਪ੍ਰੈਲ ਨੂੰ ਵਿਸਾਖੀ ਦਿਵਸ ਮਨਾਉਣ ਦਾ ਐਲਾਨ ਕਰ ਦਿੱਤਾ। ਅਤੇ ਉੱਧਰ ਪਾਕਿਸਤਾਨ ਦੀ ਸੰਸਦ ਨੇ ਕਸ਼ਮੀਰ ਵਿੱਚ ਕਥਿਤ ਮਨੁੱਖੀ ਹੱਤਿਕਾਰਾਂ ਦੀ ਉਲੰਘਣਾ ਦੀ ਨਿੰਦਾ ਦੇ ਨਾਲ ਹੀ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰੀ ਕਮਿਸ਼ਨ ਨਾਲ ਘਾਟੀ ਵਿੱਚ ਤੱਥ ਲੱਭਣ ਮਿਸ਼ਨ ਭੇਜਣ ਦੀ ਮੰਗ ਕਰਦੇ ਹੋਏ ਸਰਬਸੰਮਤੀ ਨਾਲ ਇੱਕ ਪ੍ਰਸਤਾਵ ਪਾਸ ਕੀਤਾ। ਨੈਸ਼ਨਲ ਅੰਬੈਸੀ ਵਿੱਚ ਪ੍ਰਸਤਾਵ ਪਾਕਿਸਤਾਨ ਦੇ ਕਸ਼ਮੀਰ ਮਾਮਲਿਆਂ ਦੇ ਮੰਤਰੀ ਬਾੜਜੀ ਸਤਾਹਿਰ ਨੇ ਪੇਸ਼ ਕੀਤਾ ਅਤੇ ਅੰਤਰਰਾਸ਼ਟਰੀ ਭਾਈਚਾਰੇ ਨਾਲ ਕਸ਼ਮੀਰ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦੀ ਐਗਜ਼ੀਕਿਊਸ਼ਨ ਕਰਵਾਉਣ ਦੀ ਅਪੀਲ ਕੀਤੀ ਅਤੇ ਰੇਡੀਓ ਪਾਕਿਸਤਾਨ ਮੁਤਾਬਕ ਪ੍ਰਸਤਾਵ ਵਿੱਚ ਸਰਕਾਰ ਨੂੰ ਕਿਹਾ ਗਿਆ ਕਿ ਉਹ ਜਨੇਵਾ ਸਥਿਤ ਮਨੁੱਖੀ ਅਧਿਕਾਰ ਪ੍ਰੀਸ਼ਦ ਨੂੰ ਘਾਟੀ ਸਥਿਤ ਮਨੁੱਖੀ ਅਧਿਕਾਰ ਦੇ ਉਲੰਘਣਾ ਦੀ ਜਾਂਚ ਲਈ ਤੱਥ ਲੱਭਣ ਮਿਸ਼ਨ ਭੇਜਣ ਦੀ ਅਪੀਲ ਕਰ ਰਹੇ ਨੇ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਮੁਹੰਮਦ ਨੇ ਕਿਹਾ ਕਿ ਇਸਲਾਮਾਬਾਦ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਕਮਿਸ਼ਨ ਅਤੇ ਇਸਲਾਮਿਕ ਸਹਿਯੋਗ ਸੰਗਠਨ ਸਣੇ ਅੰਤਰਰਾਸ਼ਟਰੀ ਮੰਚ 'ਤੇ ਮਜ਼ਬੂਤੀ ਨਾਲ ਚੁੱਕ ਰਿਹਾ।
ਤੇ ਜੇ ਰੁਕ ਕਰੀਏ ਖੇਡ ਜਗਤ ਵੱਲ ਤਾਂ ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿੱਚ 21ਵੀਆਂ ਕਾਮਨਵੈਲਥ ਗੇਮਸ 2018 ਯਾਨੀ ਕਿ ਰਾਸ਼ਟਰਮੰਡਲ ਖੇਡਾਂ ਹੋ ਰਹੀਆਂ ਨੇ। ਇਹਨਾਂ ਖੇਡਾਂ ਵਿੱਚ ਵੱਖ ਵੱਖ ਦੇਸ਼ਾਂ ਦੇ ਖਿਡਾਰੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੇ ਨੇ ਅਤੇ ਆਸਟ੍ਰੇਲੀਆ ਭਾਰਤ ਤੋਂ ਇਲਾਵਾ ਇਹਨਾਂ ਖੇਡਾਂ ਵਿੱਚ ਕੈਨੇਡਾ ਵੀ ਬਿਹਤਰੀਨ ਪ੍ਰਦਰਸ਼ਨ ਕਰ ਰਿਹਾ ਅਤੇ ਕੈਨੇਡੀਅਨ ਤੈਰਾਕ ਟੇਲਰ ਰਕ ਨੇ ਰਾਸ਼ਟਰਮੰਡਲ ਖੇਡਾਂ ਵਿੱਚ 8 ਤਗਮੇ ਜਿੱਤੇ ਨੇ ਅਤੇ ਇਹਨਾਂ ਤਮਗੇ ਜਿੱਤ ਕੇ ਉਸਨੇ ਕੌਮਾਂਤਰੀ ਖੇਡ ਸਟੇਜ 'ਤੇ ਇਤਿਹਾਸ ਰਚ ਦਿੱਤਾ। ਉਸਦਾ ਨਾਂ ਰਾਸ਼ਟਰਮੰਡਲ ਖੇਡ ਦੇ ਰੈਕਰਡ ਬੁੱਕ ਵਿੱਚ ਦਰਜ ਕੀਤਾ ਗਿਆ ਅਤੇ 17 ਸਾਲਾ ਕੈਨੇਡੀਅਨ ਤੈਰਾਕ ਟੇਲਰ ਨੇ 1 ਗੋਲਡ, 5 ਸਿਲਵਰ ਅਤੇ 2 ਕਾਂਸੇ ਦੇ ਤਮਗੇ ਜਿੱਤੇ ਨੇ ਅਤੇ ਟੇਲਰ ਆਪਣੇ ਜਿੱਤੇ ਹੋਏ ਤਮਗਿਆਂ ਨੂੰ ਗਲ ਵਿੱਚ ਪਾ ਕੇ ਦਿਖਾਉਂਦੀ ਨਜ਼ਰ ਆ ਰਹੀ ਹੈ। ਟੇਲਰ ਤੋਂ ਪਹਿਲਾਂ ਇਸ ਰੈਕਰਡ ਨੂੰ ਕੋਈ ਨਹੀਂ ਬਣਾ ਸਕਿਆ ਅਤੇ ਇਸ ਤੋਂ ਪਹਿਲਾਂ 1966 ਵਿੱਚ ਕੈਨੇਡੀਅਨ ਤੈਰਾਕ ਐਲੇਨ ਟੈਨਰ ਨੇ 7 ਤਮਗੇ ਜਿੱਤੇ ਸਨ ਅਤੇ ਟੇਲਰ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਸਿੰਗਲ ਕੈਨੇਡੀਅਨ ਫੀਮੇਲ ਖਿਡਾਰਨ ਹੈ ਅਤੇ ਇਸ ਤੋਂ ਪਹਿਲਾਂ ਟੇਲਰ 2016 ਵਿੱਚ ਰੀਓ ਓਲੰਪਿਕ ਖੇਡਾਂ ਵਿੱਚ ਕਾਂਸੇ ਦਾ ਤਮਗਾ ਜਿੱਤ ਚੁੱਕੀ ਹੈ ਅਤੇ ਟੇਲਰ ਦਾ ਜਨਮ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕਲੋਨਾ ਵਿੱਚ ਸਾਲ 2000 ਵਿੱਚ ਹੋਇਆ ਸੀ ਅਤੇ ਉਸਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਨੂੰ ਖੁਸ਼ੀ ਹੈ ਕਿ ਸਾਡੀ ਧੀ ਤੈਰਾਕੀ ਦੀ ਚੰਗੀ ਖਿਡਾਰਨ ਹੈ ਅਤੇ ਉਸਨੇ 8 ਤਮਗੇ ਜਿੱਤੇ ਨੇ। ਗੋਲਡ ਕੋਸਟ ਵਿੱਚ ਚੱਲ ਰਹੇ 21ਵੇਂ ਰਾਸ਼ਟਰਮੰਡਲ ਖੇਡਾਂ ਵਿੱਚ ਖਿਡਾਰੀਆਂ ਦੇ ਲਾਪਤਾ ਹੋਣ ਦੀ ਖਬਰ ਆਈ ਹੈ। ਖੇਡਾਂ ਵਿੱਚ ਹਿੱਸਾ ਲੈਣ ਗਏ 42 ਮੈਂਬਰ ਦਲ ਵਿੱਚੋਂ ਉਸਦੇ 8 ਖਿਡਾਰੀ ਐਥਲੀਟ ਲਾਪਤਾ ਹੋ ਗਏ ਨੇ। ਜ਼ਿਕਰਯੋਗ ਹੈ ਕਿ ਉਹਨਾਂ ਵਿੱਚ 8 ਲਾਪਤਾ ਐਥਲੀਟਾਂ ਵਿੱਚੋਂ 5 ਮੁੱਕੇਬਾਜ਼ ਅਤੇ 3 ਵੇਟ ਲਿਫਟਿੰਗ ਵਿੱਚ ਸ਼ਾਮਿਲ ਸਨ ਅਤੇ ਉੱਥੇ ਹੀ ਲਾਪਤਾ ਐਥਲੀਟਾਂ ਵਿੱਚੋਂ 2 ਐਥਲੀਟ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਹੁਣ ਤੱਕ ਕਿਸੇ ਵੀ ਖੇਡ ਵਿੱਚ ਹਿੱਸਾ ਨਹੀਂ ਲਿਆ ਅਤੇ ਇਸ ਮਾਮਲੇ ਦੀ ਜਾਣਕਾਰੀ ਆਸਟ੍ਰੇਲੀਆ ਪੁਲਿਸ ਨੇ ਦਿੱਤੀ ਹੈ ਅਤੇ ਇਸ ਵੱਲੋਂ ਉੱਥੇ ਕੈਮਰੂਨ ਦੇ ਰਾਸ਼ਟਰਮੰਡਲ ਖੇਡ ਪ੍ਰਮੁੱਖ 900 ਨੇ ਕਿਹਾ ਕਿ 3 ਐਥਲੀਟ ਐਤਵਾਰ ਰਾਤ ਅਤੇ ਬਾਕੀ ਮੰਗਲਵਾਰ ਰਾਤ ਤੋਂ ਲਾਪਤਾ ਹੋਏ ਨੇ। ਜ਼ਿਕਰਯੋਗ ਹੈ ਕਿ ਇਹ ਐਥਲੀਟ ਟੀਮ ਦਾ ਹਿੱਸਾ ਨੇ ਅਤੇ ਅਭਿਆਸ ਕਰ ਰਹੇ ਸਨ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੈਮਰੂਨ ਦੇ ਐਥਲੀਟ ਕਿਸੇ ਵੀ ਵੱਡੇ ਟੂਰਨਾਮੈਂਟ ਵਿੱਚੋਂ ਗਾਇਬ ਹੋਏ ਹਨ। ਇਸ ਤੋਂ ਪਹਿਲਾਂ 2012 ਦੇ ਲੰਡਨ ਓਲੰਪਿਕ ਤੋਂ ਵੀ 5 ਪੁਰਸ਼ ਮੁਕਾਬਲੇ ਵਿੱਚੋਂ 1 ਮਹਿਲਾ ਫੁੱਟਬਾਲਰ ਅਤੇ 1 ਪੁਰਸ਼ ਤੈਰਾਕ ਲਾਪਤਾ ਹੋ ਗਏ ਸਨ ਅਤੇ ਇਸ ਵਿਚਾਲੇ ਖੇਡ ਆਯੋਜਨ ਕਮੇਟੀ ਦੇ ਚੇਅਰਮੈਨ ਪੀਟਰ ਨੇ ਕਿਹਾ ਕਿ ਸਾਡੀਆਂ ਖੇਡਾਂ ਇਸ ਤਰ੍ਹਾਂ ਵਿੱਚ ਹੁੰਦਾ ਹੀ ਰਹਿੰਦਾ ਹੈ ਅਤੇ ਇਸ ਵਿੱਚੋਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਜੇਕਰ ਉਸਨੇ ਵੀਜ਼ਾ ਦੇ ਸੰਬੰਧੀ ਕੋਈ ਨਿਯਮ ਦੀ ਉਲੰਘਣਾ ਕੀਤਾ ਤਾਂ ਪੀਟਰ ਨੇ ਕਿਹਾ ਕਿ ਉਸਦੀ ਟੀਮ ਇਸ ਨਾਲ ਨਿਪਟੇਗੀ ਅਤੇ ਅਗਰ ਲਾਪਤਾ ਅਥਲੀਟਾਂ ਨੇ ਆਸਟ੍ਰੇਲੀਆਈ ਕਾਨੂੰਨ ਨੂੰ ਤੋੜਿਆ ਤਾਂ ਫਿਰ ਇਹ ਉਸਦਾ ਮਾਮਲਾ ਹੋਵੇਗਾ ਅਤੇ ਉਸਦੇ ਅਧਿਕਾਰੀ ਇਸ ਨਾਲ ਨਿਪਟਣਗੇ। ਸਰੀ ਮੇਅਰ ਲਿੰਡਾ ਹੈਬਨਰ ਨਹੀਂ ਲੜਨਗੇ ਮੁੜ ਚੋਣਾਂ, ਮੀਡੀਆ ਰਿਲੀਜ਼ ਕਰ ਕੀਤਾ ਐਲਾਨ। ਮਾਰਕ ਜ਼ੁਕਰਬਰਗ ਨੇ ਮੰਨਿਆ ਕਿ ਉਹਨਾਂ ਦਾ ਨਿੱਜੀ ਡਾਟਾ ਵੀ ਹੋਇਆ ਸੀ ਲੀਕ। ਕੈਂਬਰਿਜ ਐਨਾਲਿਟਿਕਾ ਦੇ ਸੀਈਓ ਟੇਲਰ ਨੇ ਦਿੱਤਾ ਅਸਤੀਫਾ। ਅਮਰੀਕੀ ਸੰਸਦ ਦੇ ਸਪੀਕਰ ਰਿਆਨ ਨਹੀਂ ਲੜਨਗੇ ਅਗਲੀਆਂ ਚੋਣਾਂ। ਟਰੰਪ ਦੀ ਰੂਸ ਨੂੰ ਸਿੱਧੀ ਚੇਤਾਵਨੀ, ਆਉਣ ਵਾਲੀਆਂ ਨੇ ਅਮਰੀਕੀ ਮਿਜ਼ਾਈਲਾਂ। ਅਤੇ ਅਲਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ, 257 ਦੇ ਮਰਨ ਦਾ ਖਦਸ਼ਾ। ਅੱਜ ਦੇ ਨਿਊਜ਼ ਬੁਲੇਟਿਨ ਵਿੱਚ ਇੰਨਾ ਹੀ। ਦੇਸ਼ ਵਿਦੇਸ਼ ਦੀਆਂ ਤਾਜ਼ਾ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਸਾਂਝਾ ਟੀਵੀ ਦੇ ਨਾਲ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।